ਫੌਜਾ ਸਿੰਘ ਜੀ, ਤੁਸੀਂ ਸਫ਼ਰ ਕਰਦੇ ਹੋ ਇਹਨਾਂ ਜਹਾਜ਼ਾਂ 'ਤੇ, ਏਅਰਪੋਰਟਾਂ 'ਤੇ ਜਾਂਦੇ ਹੋ, ਤੁਹਾਨੂੰ ਕਦੀ ਤਕਲੀਫ ਤਾਂ ਨਹੀਂ ਆਈ ਕਦੀ ਸਿਕਿਉਰਿਟੀ 'ਤੇ, ਕਦੀ ਕੋਈ ਪੱਗ ਲਈ ਆ? ਕਿਤੇ ਨਹੀਂ ਆਈ, ਕਿਤੇ ਵੀ ਨਹੀਂ ਆਈ। ਇੱਦਾਂ ਆ, ਮੈਨੂੰ ਇੱਕ ਵਾਰ, ਮੈਂ ਤਾਂ ਮੇਰੀ ਲੜਕੀ ਐਕਸੀਡੈਂਟ ਹੋ ਗਿਆ ਜੀ ਉੱਥੇ, ਰਾਹ 'ਚੋਂ ਪਛੜ ਗਈ, ਉਹ ਦੂਏ ਜਹਾਜ਼ 'ਚ ਆਈ ਤਾਂ ਮੈਨੂੰ ਰੇੜੀ ਦੇ ਦਿੱਤੀ ਸੀ। ਮੈਨੂੰ ਪਤਾ ਨਹੀਂ ਸੀ ਅਮਰੀਕਾ ਨੂੰ ਜਾਣਾ ਸੀ, ਮੈਂ ਆਪਣੇ ਕੰਮ ਜਾਣਾ ਸੀ। ਉਹ ਮੈਂ ਦੋ ਤਿੰਨ ਵਾਰ ਬਦਲਣਾ ਪਿਆ, ਬਹੁਤ ਕਤਰਾਂਦ ਖਾਧੀ ਵੀ ਆਮ ਲੋਕ ਜਾਣਦੇ, ਮੈਂ ਆਪਣੇ ਆਪ ਹੀ ਸ਼ਰਮ ਕੀਤੀ। ਪਰ ਮੇਰੇ ਚੰਗਾ ਰਿਹਾ, ਉਹ ਦੋ ਤਿੰਨ ਥਾਈਂ ਜਹਾਜ਼ਾਂ ਚਾੜਨਾ ਸੀ, ਉਹਨੇ ਮੇਰਾ ਕੀਤਾ ਸਭ ਕੁਛ। ਨਹੀਂ, ਕੁਛ ਨਹੀਂ ਕਰ, ਹੁਣ ਤਾਂ ਮੈਨੂੰ ਪਛਾਣ ਕੇ, ਚਲੋ ਕਰ ਵੀ ਲੈਣ ਤਾਂ ਉਹ ਹਕੂਮਤ ਆ ਉਹਨਾਂ ਦੀ, ਉਹ ਕਰਨਾ ਚਾਹੀਦਾ ਉਹਨਾਂ ਨੂੰ। ਪਰ ਮੇਰਾ ਕਦੀ ਵਾਸਤੇ ਉਹਨੀ ਫੁੱਲਾ ਫਾਲੀ ਨਹੀਂ ਕੀਤੀ, ਉੱਤੋਂ ਦੀ ਫੇਰਦੇ ਆ। ਆਪਣੇ ਜਿਹੜੇ ਤੁਸੀਂ ਰਨਿੰਗ ਮੈਰਾਥੋਨ ਦਾ ਜਿਹੜਾ ਤੁਹਾਡਾ ਸਿਲਸਿਲਾ ਹੈ, ਇਹਦੇ ਚੱਕਰ ਵਿੱਚ ਤੁਸੀਂ ਬਹੁਤ ਮੰਨੇ ਹੋਏ ਲੋਕਾਂ ਨੂੰ, ਹਸਤੀਆਂ ਨੂੰ ਵੀ ਜ਼ਰੂਰ ਮਿਲੇ ਹੋਵੋਗੇ, ਅਤੇ ਤੁਸੀਂ ਆਪਣੀ ਇੰਗਲੈਂਡ ਦੀ ਰਾਣੀ ਨੂੰ ਮਿਲੇ ਹੋ? ਹਾਂ, ਮੈਂ ਦੋ ਇੱਕ ਵਾਰ ਨਹੀਂ, ਤਿੰਨ ਚਾਰ ਵਾਰ ਮਿਲਿਆ। ਅੱਛਾ, ਇੱਕ ਵਾਰ ਨਹੀਂ? ਵਾਹ। ਇਹ ਇੱਕ ਦੋ ਵਾਰ ਹੁਣ ਕਲੈਵਰ ਸਾਦੀ ਹੁੰਦੀ ਹਰ ਸਾਲ ਆਪਣੇ ਮਹੱਲਾਂ 'ਚ, ਫਿਰ ਇਹ ਮੈਂ ਉਹਦੇ ਘਰ ਵੀ ਗਿਆ, ਹਰਮਿੰਦਰ ਵੀ ਮੇਰਾ ਮੁੰਡਾ ਵੀ ਟੈਲੀਵਿਜ਼ਨ, ਉੱਥੇ ਕੈਮਰਾ ਨਹੀਂ ਲਿਜਾਣ ਦਿੰਦੇ। ਉਹਨੇ ਬੜਾ ਕਿਹਾ ਵੀ ਬਜ਼ੁਰਗ ਦੇ ਨਾਂ ਹੀ ਰਾਣੀ ਦੇ, ਇੰਨਾ ਚਿਰਾਂ ਦੇ ਕੰਮ ਕਰਦੇ ਰਾਣੀ ਦੇ ਮਹੱਲ ਦੇਖਿਆ ਹੈ। ਅੱਛਾ, ਮੈਨੂੰ ਪਹਿਲਾਂ ਹਰਮਿੰਦਰ ਨੇ ਦੱਸ ਦਿੱਤਾ ਸੀ, ਕਿਉਂ ਸਾਡੀਆਂ ਲੜਕੀਆਂ ਇੱਦਾਂ ਕਲਾਵਾ ਭਰ ਕੇ ਪਿਆਰ ਕਰਦੀਆਂ, ਰਾਣੀ ਹੱਥ ਬਣਾਉਂਦੀ ਆ, ਕਹਿੰਦਾ ਵੀ ਆਪਣੀਆਂ ਲੜਕੀਆਂ ਮੰਗਣਾ, ਉਹ ਉਹਦੇ ਮੋਢਿਆਂ ਦੇ ਹੱਥ ਰੱਖ ਲਈ, ਉਹਨਾਂ ਹੱਥ ਬਣਾਈ, ਹੱਥ ਉੱਦਾਂ ਫੋਟੋ ਆ ਮੇਰੀ, ਮੇਰੀਆਂ ਫੋਟੋ, ਤੁਸੀਂ ਹੱਥ ਮਿਲਾਇਆ, ਸਾਂਭ ਕੇ ਰੱਖੀਆਂ ਫੋਟੋ।